ਪਰ ਜਿਹੜੀਆਂ ਵੱਡੀਆਂ ਪਾਰਟੀਆਂ ਸਾਡੇ ਤੋਂ ਡਰੀਆਂ ਹੋਈਆਂ, ਉਹਨਾਂ ਨੂੰ ਪਤਾ 4 ਘੰਟੇ ਵਿੱਚ ਇਹਨੇ ਦੇਸ਼ ਬਦਲ ਕੇ ਰੱਖ ਦੇਣਾ ਵਾ, ਜੇ ਇਹਨੇ ਕਿਹਾ ਵਾ ਨਾ ਤੇ ਇਤਿਹਾਸ ਬਦਲ ਕੇ ਰੱਖੂਗਾ ਬੰਦਿਆਂ ਦਾ। ਕੋਈ ਕਿਸੇ ਨੂੰ ਨਹੀਂ ਪਤਾ ਪਤਾ ਹੁੰਦਾ ਸਾਡਾ ਬੱਚਾ ਕਿੰਨੀ ਪਾਸ ਕਰੇਗਾ, ਕਿੰਨੀ ਫੇਲ ਨਿਕਲੇਗਾ, ਕਿ ਕਵਾੜੀਆ ਬਣੇਗਾ, ਕਿ ਸ਼ਟਰਾਂ ਵਾਲਾ ਬਣੇਗਾ, ਕਿ ਆਟੋ ਰਿਕਸ਼ਾ ਚਲਾਏਗਾ, ਕਿ ਕੀ ਕਰੇਗਾ। ਇੱਕ ਐਮ ਪੀ ਨੂੰ 5 ਕਰੋੜ ਰੁਪਇਆ ਮਿਲਦਾ ਇੱਕ ਸਾਲ ਦਾ, ਤੇ 5 ਸਾਲਾਂ ਦਾ 25 ਕਰੋੜ ਰੁਪਇਆ ਕਿਸੇ ਐਮ ਪੀ, ਇੱਕ ਐਮ ਪੀ ਨੇ ਨਾ ਸ਼ਹਿਰ ਦੇ ਵਿੱਚ ਲਾਇਆ ਹੋਵੇ, ਮੈਨੂੰ ਇੱਕ ਐਮ ਪੀ ਦਿਖਾ ਦਿਓ। ਤੇ ਮੈਂ ਕੱਲ ਹੀ ਮਾਤਾ ਚਿੰਤਪੁਰਨੀ ਦੇ ਮੱਥਾ ਟੇਕਿਆ, ਦਰਬਾਰ 'ਤੇ ਟੇਕਿਆ, ਮੈਂ ਕਸਮ ਖਾ ਕੇ ਕਹਿੰਦਾ ਦੂਜੇ ਦਿਨ ਨਮੋਲੇ ਨਾਲ ਨਾਮ ਮੋੜਿਆ ਤੇ ਜੁੱਤੀਆਂ ਲਾ ਲਾ ਕੇ ਸਿਰ 'ਚ ਮਾਰਿਓ, ਨਹੀਂ ਤਾਂ ਜ਼ਿੰਦਗੀ 'ਚ ਕਦੇ ਮੇਰੇ ਵੋਟ ਨਾ ਪਾਇਓ, ਜੇ ਵੋਟ ਮੰਗਣਾ ਮੇਰੇ ਘਸੁੰਨ ਛੱਡਿਓ। 4599 ਵੋਟਾਂ ਲੋਕਾਂ ਨੇ ਪਾਈਆਂ ਸੀ, ਅੱਜ ਪੂਰੇ ਭਾਰਤ ਦੇਸ਼, ਪੂਰੇ ਇੰਡੀਆ ਦੇ ਵਿੱਚ ਇੱਕੋ ਰੌਲਾ ਸੀਗਾ ਕਿ 4599 ਵੋਟਾਂ ਪਈਆਂ, 27-28 ਕੈਂਡੀਡੇਟਾਂ ਤੋਂ ਬਾਅਦ ਕੋਈ ਕੈਂਡੀਡੇਟ ਨਹੀਂ ਲੱਭਾ। ਮੁੱਦੇ ਨਹੀਂ ਦੱਸਣੇ, ਜੇ ਮੁੱਦੇ ਦੱਸਦੇ ਸਾਡੇ ਮੁੱਦੇ ਤੇ ਲੀਡਰ ਚੋਰੀ ਕਰਦੇ ਆ। ਤੇ ਅੱਜ ਆਪਾਂ ਫਾਈਲ ਭਰਾਉਣ ਆਏ ਆ ਜੀ, ਤੇ ਕਾਨਾ ਜੀ ਦੀ ਕਿਰਪਾ ਦੇ ਨਾਲ ਸਾਡਾ ਮੁੰਡਾ ਮੰਤਰੀ ਵੀ, ਆ ਸਾਡਾ ਦੇਵ ਤੇ ਮੇਰੀ ਵਾਈਫ ਤੇ ਸਰਦਾਰ ਸੁੱਚਾ ਸਿੰਘ ਜੀ, ਸਾਰੇ ਆਪਾਂ ਇਕੱਠੇ ਆਏ ਆ ਜੀ, ਤੇ ਵਕੀਲ ਸਾਹਿਬ ਨੂੰ ਨਾਲ ਲੈ ਕੇ ਜਾ ਕੇ ਫਾਈਲ ਓਬਜੈਕਸ਼ਨ ਭਰਾਵਾਂਗੇ ਜੀ। ਜੇ ਕੋਈ ਓਬਜੈਕਸ਼ਨ ਹੋਇਆ ਤੇ ਵਕੀਲ ਸਾਹਿਬ ਦੇਖਣਗੇ, ਕਿਉਂਕਿ ਸਾਨੂੰ ਇੰਨੇ ਪੜ੍ਹੇ ਲਿਖੇ ਹੈ ਨੀਗੇ, ਪਰ ਜਿਹੜੀਆਂ ਵੱਡੀਆਂ ਪਾਰਟੀਆਂ ਸਾਡੇ ਤੋਂ ਡਰੀਆਂ ਹੋਈਆਂ, ਉਹਨਾਂ ਨੂੰ ਪਤਾ 4 ਘੰਟੇ ਵਿੱਚ ਇਹਨੇ ਦੇਸ਼ ਬਦਲ ਕੇ ਰੱਖ ਦੇਣਾ ਵਾ, ਜੇ ਇਹਨੇ ਕਿਹਾ ਵਾ ਨਾ ਤੇ ਇਤਿਹਾਸ ਬਦਲ ਕੇ ਰੱਖੂਗਾ ਬੰਦਾ। ਫਾਈਲ ਦਾ ਕਿੰਨੇ ਕੀ ਕਰੈਕਸ਼ਨ ਹੈ ਜਾਂ ਨਹੀਂ ਇਹ ਪਤਾ ਨਹੀਂ ਹੈਗਾ, ਤੇ ਦੇਸ਼ ਕਿੱਦਾਂ 4 ਘੰਟੇ ਬਦਲਣਾ? ਸੁਣੋ, ਇਹ ਦੀ ਗੱਲ ਨਹੀਂ ਹੁੰਦੀ, ਕੋਈ ਕਿਸੇ ਨੂੰ ਨਹੀਂ ਪਤਾ ਹੁੰਦਾ ਸਾਡਾ ਬੱਚਾ ਕਿੰਨੀ ਪਾਸ ਕਰੇਗਾ, ਕਿੰਨੀ ਫੇਲ ਨਿਕਲੇਗਾ, ਕਿ ਕਵਾੜੀਆ ਬਣੇਗਾ, ਕਿ ਸ਼ਟਰਾਂ ਵਾਲਾ ਬਣੇਗਾ, ਕਿ ਆਟੋ ਰਿਕਸ਼ਾ ਚਲਾਏਗਾ, ਕਿ ਕੀ ਕਰੇਗਾ। ਠੀਕ ਹੈ ਨਾ, ਇਹ ਤਾਂ ਰੱਬ ਹੀ ਤਕਦੀਰ ਬਦਲਦਾ ਜਾਂ ਇੱਕ ਵੋਟਰ ਤਕਦੀਰ ਬਦਲਦਾ। ਠੀਕ ਹੈ, ਇੱਕ ਵੋਟਰ ਕੋ ਆਪਾਂ ਅਪੀਲ ਕਰਦੇ ਹਾਂ ਵੀ ਸਾਨੂੰ ਵੋਟਾਂ ਪਾਓ, ਸਾਰੇ ਲੋਕਾਂ ਦੀ ਜਮਾਕ ਦੇਖ ਲਿਆ ਇੱਕ ਵਾਰੀ, ਜਿੰਨੇ ਆਜ਼ਾਦ ਖੜੇ ਉਹਨਾਂ ਨੂੰ ਪਾਓ, ਤੇ ਜਿਹਨਾਂ ਨੂੰ ਸਮਰਥਨ ਕਰਦੇ ਪਏ ਆ ਵੋਟਾਂ ਉਹਨਾਂ ਨੂੰ ਪਾਓ, ਕਿਉਂਕਿ ਇਹਨਾਂ ਨੇ ਤੁਹਾਨੂੰ ਬੜੇ ਬੜੇ ਝੂਠੇ, ਕਿਸੇ ਨੇ 15 ਕਰੋੜ, 15 ਲੱਖ, ਕਿਸੇ ਨੇ 1000, ਕਿਸੇ ਨੇ 2000, ਕਿਸੇ ਨੇ 5000, ਸਾਰਿਆਂ ਨੇ ਵਾਅਦੇ ਕੀਤੇ ਆ, ਪਰ ਕਿਸੇ ਦਾ ਵਾਅਦਾ ਕੋਈ ਸੱਚਾ ਨਹੀਂ ਨਿਕਲਿਆ। ਮੈਂ ਤੇ ਮੇਰੇ ਨਾਲ ਗੱਲ ਕਰਾ ਦੋ, ਜੇ ਪੰਜਾਬ ਦੇ ਵਿੱਚ ਕੋਈ ਐਮ ਪੀ ਦਿਖਾ ਦਿਓ, ਇੱਕ ਐਮ ਪੀ ਨੂੰ 5 ਕਰੋੜ ਰੁਪਇਆ ਮਿਲਦਾ ਇੱਕ ਸਾਲ ਦਾ, ਤੇ 5 ਸਾਲਾਂ ਦਾ 25 ਕਰੋੜ ਰੁਪਇਆ ਕਿਸੇ ਐਮ ਪੀ, ਇੱਕ ਐਮ ਪੀ ਨੇ ਨਾ ਸ਼ਹਿਰ ਦੇ ਵਿੱਚ ਲਾਇਆ ਹੋਵੇ, ਮੈਨੂੰ ਇੱਕ ਐਮ ਪੀ ਦਿਖਾ ਦਿਓ। ਉਹਨਾਂ ਦੇ ਵਿੱਚ ਇਹ ਆ ਕਿ ਖਾਣ ਵਾਲੇ ਕੋਈ ਜ਼ਿਆਦਾ ਹੋਣੇ ਆ ਤੇ ਲਾਉਣ ਵਾਲੇ ਘੱਟ ਹੋਣੇ, ਲਾਇਆ ਕਿਸੇ ਵੀ ਨਹੀਂ ਗਾ। ਮੈਂ ਕਹਿੰਦਾ ਮੈਂ ਸਰ ਇੱਕ ਵਾਰੀ ਜੇ ਮੈਨੂੰ ਜਿਤਾਤਾ ਜਨਤਾ ਨੇ ਤੇ ਮੈਂ ਕੱਲ ਹੀ ਮਾਤਾ ਚਿੰਤਪੁਰਨੀ ਦੇ ਮੱਥਾ ਟੇਕਿਆ, ਦਰਬਾਰ 'ਤੇ ਟੇਕਿਆ, ਮੈਂ ਕਸਮ ਖਾ ਕੇ ਕਹਿੰਦਾ ਦੂਜੇ ਦਿਨ ਨਮੋਲੇ ਨਾਲ ਨਾਮ ਮੋੜਿਆ ਤੇ ਜੁੱਤੀਆਂ ਲਾ ਲਾ ਕੇ ਸਿਰ 'ਚ ਮਾਰਿਓ, ਨਹੀਂ ਤਾਂ ਜ਼ਿੰਦਗੀ 'ਚ ਕਦੇ ਮੇਰੇ ਵੋਟ ਨਾ ਪਾਇਓ, ਜੇ ਵੋਟ ਮੰਗਣਾ ਮੇਰੇ ਘਸੁੰਨ ਛੱਡਿਓ। ਕਿਉਂਕਿ ਮੈਂ ਇੱਕ ਦਿਨ 'ਚ ਦੇਖੋ, ਇੱਕ ਦਿਨ ਦੇ ਵਿੱਚ ਕੋਈ ਤੀਰ ਨਹੀਂ ਮਾਰ ਸਕਦਾ, 4 ਘੰਟੇ ਵਾਲਾ ਤਰੀਕਾ ਨਾ ਮੈਂ ਦਿਖਾ ਕੇ ਜਾਊਂਗਾ। ਮੈਂ ਜਦ ਯੂਟਿਊਬ ਤੇ ਲਾ ਦਊਂਗਾ, ਕਿੱਦਾਂ ਹੈ ਲੁਗੀ ਯੂਟਿਊਬ, ਯੂਟਿਊਬ ਇੱਕ ਇੱਕ ਬੰਦਾ ਵੀਡੀਓ ਪਾਏਗਾ, ਇਧਰ ਆਓ ਇਧਰ, ਯੂਟਿਊਬ ਇੱਕ ਇੱਕ ਬੰਦਾ ਵੀਡੀਓ ਪਾਏਗਾ ਕਿ ਇਹ ਗੱਲ ਕਹੇਗਾ ਕਿ ਨੀਟੂ ਸ਼ਟਰਾਂ ਵਾਲੇ ਨੇ ਸਾਨੂੰ ਅਸੀਂ ਵੋਟ ਪਾਈ, ਜਿਤਾਇਆ ਸੀ ਐਮ ਪੀ, ਉਹਨੇ ਸਾਡਾ ਮੁੱਲ ਮੋੜਤਾ ਦੂਜੇ ਦਿਨ ਹੀ, ਕਿ ਨਾ ਕਿ ਐਮ ਪੀ 5 ਸਾਲਾਂ ਦੇ ਵਿੱਚ ਮੋੜ ਸਕਦਾ ਵਾ। ਮੈਂ ਦੂਜੇ ਦਿਨ ਐਮ ਪੀ ਬਣਨ ਤੋਂ ਬਾਅਦ ਲੋਕਾਂ ਦੀ ਪੋਸਟ ਹੋਏਗੀ, ਲੋਕਾਂ ਦੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਨਾ, 4599 ਵੋਟਾਂ ਲੋਕਾਂ ਨੇ ਪਾਈਆਂ ਸੀ, ਅੱਜ ਪੂਰੇ ਭਾਰਤ ਦੇਸ਼, ਪੂਰੇ ਇੰਡੀਆ ਦੇ ਵਿੱਚ ਇੱਕੋ ਰੌਲਾ ਸੀਗਾ ਕਿ 4599 ਵੋਟਾਂ ਪਈਆਂ, 27-28 ਕੈਂਡੀਡੇਟਾਂ ਤੋਂ ਬਾਅਦ ਕੋਈ ਕੈਂਡੀਡੇਟ ਨਹੀਂ ਲੱਭਾ। ਔਰ ਮੈਂ ਵਾਅਦਾ ਕਰਦਾ ਦੂਜੇ ਦਿਨ ਕੀ ਕਰ ਲੂੰਗਾ, ਮੈਂ ਕਿਹੜਾ ਮੇਰੇ ਕੋਲ ਇੱਦਾਂ ਦਾ ਤੀਰ ਹੈਗਾ ਜਿਹੜਾ ਮੈਂ ਚਲਾ ਦੂੰਗਾ, ਸਿੱਧ ਕਰਕੇ ਦਿਖਾ ਦੂੰਗਾ ਵੀ ਮੈਂ ਕੰਮ ਕਰਕੇ ਦਿਖਾਊਂਗਾ ਜੀ ਦੂਜੇ ਦਿਨ। ਸੁੱਚਾ ਸਿੰਘ ਜੀ ਨੇ ਬਾਈ ਇਲੈਕਸ਼ਨ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ ਅੱਜ। ਨਹੀਂ, ਇਹ ਇਦਾਂ ਦਾ ਨਹੀਂ ਕਰ ਸਕਦੇ, ਸਾਡੇ ਮੇਨ ਪ੍ਰਧਾਨ ਇੰਡੀਆ ਦੇ ਪ੍ਰਧਾਨ ਹੈ, ਉਪ ਪ੍ਰਧਾਨ ਇੰਡੀਆ ਦਾ ਮੈਂ ਵਾਂ, ਤੇ ਬੇਗਮਪੁਰਾ ਪਾਰਟੀ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜ ਦੀ ਪਾਰਟੀ ਹੈ, ਸ਼੍ਰੀ ਗੁਰੂ ਰਵਿਦਾਸ ਸਮਾਜ, ਵਾਲਮੀਕ ਸਮਾਜ, ਧਰਮ ਸਮਾਜ,
ਪਰਮਾਸ਼ਾ ਸਮਾਜ ਔਰ ਜੇ ਕਬੀਰਪੰਥੀ ਆ ਉਹ ਸਾਡੇ ਨਾਲ ਮੁੱਦੇ ਕੀ ਕੀ ਰਹੂਗੇ? ਮੁੱਦੇ ਨਹੀਂ ਦੱਸਣੇ, ਜੇ ਮੁੱਦੇ ਦੱਸਦੇ ਸਾਡੇ ਮੁੱਦੇ ਇਹ ਲੀਡਰ ਚੋਰੀ ਕਰਦੇ ਆ, ਸਾਡੇ ਕੰਮ ਇਹ ਲੀਡਰ ਚੋਰੀ ਕਰਦੇ ਆ। ਔਰ ਮੈਂ ਗੱਲ ਚਾਹੂੰਗਾ ਬਈ ਸਾਡੇ ਜਿਹੜੇ ਇੱਕ ਭਾਜੀ ਸਾਹਿਬ ਹੈਗੇ ਆ ਜਿਨ੍ਹਾਂ ਦੇ ਬਹੁਤ ਵੱਡੇ ਨਾਮ ਸੀਗਾ, ਉਹਨਾਂ ਨੇ ਇੱਕ ਗੱਲ ਕਹੀ ਸੀਗੀ, ਉਹਨਾਂ ਦਾ ਨਾਮ ਭੁੱਲਦਾ ਹੋਇਆ ਮੈਨੂੰ, ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਕਿਸੇ ਦਿਨ MP ਬਣ ਕੇ ਦਿਖਾਊਂਗਾ ਔਰ ਬਣ ਕੇ ਜ਼ਰੂਰ ਦਿਖਾਊਂਗਾ। ਔਰ ਰਾਮੂ ਵਾਲੀਆ ਸਾਡੇ ਵੱਡੇ ਭਰਾ ਜਿਹੜੇ ਉਹ ਮੰਤਰੀ ਨੇ, ਉਹਨਾਂ ਨੇ ਕਿਹਾ ਸੀਗਾ ਵੀ ਕਿਸੇ ਪਾਰਟੀ ਦਾ ਨਾਮ ਲੈ ਕੇ ਵੀ ਇਹਨਾਂ ਦੇ ਪਾਰਟੀ ਨਾਲ ਨੀਟੂ ਸ਼ਟਰਾਂ ਵਾਲਾ ਵੀ ਸਮਝੌਤਾ ਨਹੀਂ ਕਰੂਗਾ। ਮੈਂ ਕੱਲ੍ਹ ਵੀਡੀਓ ਦੇਖ ਰਿਹਾ ਸੀਗਾ ਅਤੇ ਉਹ ਵੀਡੀਓ ਪਤਾ ਨਹੀਂ ਕਿੰਨੇ ਕਰੋੜ ਮਿਲੀਅਨ 'ਚ ਗਈ ਆ, ਕਹਿੰਦੇ ਵੀ ਨੀਟੂ ਵੀ ਸ਼ਟਰਾਂ ਵਾਲਾ ਵੀ ਇਸ ਪਾਰਟੀ ਨਾਲ ਸਮਝੌਤਾ ਨਹੀਂ ਕਰੇਗਾ। ਲਾਸਟ ਟਾਈਮ ਤੁਹਾਨੂੰ 4600 ਵੋਟ ਪਈ ਸੀ, ਐਤਕੀ ਕਿੰਨੀ ਹੈਗੀ ਤੁਹਾਨੂੰ ਦੱਸਦਾ? ਐਤਕੀ ਭਾਜੀ ਅਸੀਂ ਜਿੱਤੇ ਪਏ 13 MP ਖੜੇ ਕਰ ਦਿੱਤੇ ਆ ਕਿ ਐਤਕੀ ਤੇ ਨਕਸ਼ਾ ਬਦਲ ਕੇ ਰਵਾਂਗੇ, ਜੋ ਮਰਜ਼ੀ ਕਹਿੰਦੇ ਆ ਨਾ ਜਿਹੜੇ ਜਿੰਨੇ ਵੀ ਆ ਅਦਲਾ ਬਦਲੀ ਪਲਟਾ ਪਲਟੀ ਕਰਦੇ ਆ, ਜਿਹੜੇ ਲੋਕ ਪਲਟਾ ਪਲਟੀ ਕਰਦੇ ਆ। ਅੱਜ ਨਾ ਇੱਕ ਨੌਜਵਾਨ ਸ਼ਹੀਦ ਹੋਇਆ, ਸੁਸ਼ੀਲ ਕੁਮਾਰ ਰਿੰਕੂ ਤੇ ਇੱਕ ਆਪਣਾ ਚਰਨਜੀਤ ਚੰਨੀ ਭਾਜੀ, ਬੜੇ ਦੋਨੇ ਕਹਿ ਰਹੇ ਆ ਕਿ ਜਵਾਨ ਇੱਦਾਂ ਜਵਾਨ ਇੱਦਾਂ। ਉਹ ਜਦੋਂ ਉਹਨਾਂ ਦੀਆਂ ਨੌਕਰੀਆਂ ਵਿਚਾਰਿਆਂ ਦੀਆਂ ਖੋਈਆਂ ਜਾ ਰਹੀਆਂ, ਜਦੋਂ ਉਹਨਾਂ ਦੇ 5 ਸਾਲ ਵਾਸਤੇ ਨੌਕਰੀਆਂ ਕੀਤੀਆਂ ਗਈਆਂ, ਉਦੋਂ BJP ਸਰਕਾਰ ਬੋਲੀ ਨਹੀਂ ਜਾਂ ਉਦੋਂ ਚਰਨਜੀਤ ਚੰਨੀ ਨਹੀਂ ਬੋਲਿਆ। 4 ਘੰਟੇ 3 ਮਹੀਨੇ CM ਰਿਹਾ, ਕਿੰਨੇ ਪੈਸੇ ਫੜੇ ਗਏ, ਹੁਣ ਲੋਕਾਂ ਨੇ ਜੇ ਵੋਟ ਪਾਉਣੀ ਆ ਉਹਨਾਂ ਨੂੰ ਤੇ ਜਾਓ ਪਾਵਾ, ਸਾਡਾ ਕੀ ਜਾਂਦਾ? ਜਦ ਤੁਸੀਂ ਜੇ ਲੀਡਰ ਨਹੀਂ ਸਹੀ ਤੇ ਵੋਟਰ ਵੀ ਨਹੀਂ ਸਹੀ ਹੈਗੇ, ਵੋਟਰ ਐਤਕੀ ਇਸਤੇਮਾਲ ਕਰਨ ਜਿਹੜੇ ਆਜ਼ਾਦ ਬੰਦੇ ਉਹਨਾਂ ਨੂੰ ਪਾਉਣ ਜਾਂ ਸਾਨੂੰ ਪੱਗ ਜਿਤਾਉਣ। ਔਰ ਦੂਜੇ ਦਿਨ ਮੁੱਲ ਨਾ ਮੋੜਿਆ ਤੇ ਜੁੱਤੀਆਂ ਲਾ ਲਾ ਕੇ ਸਾਡੇ ਸਿਰ 'ਚ ਮਾਰਿਓ, ਅਸੀਂ ਕੋਈ ਪੁਲਿਸ ਨਹੀਂ ਹੋਊਗੀ, ਕੋਈ ਕੁਛ ਨਹੀਂ ਹੋਊਗਾ, ਅਸੀਂ ਕਹਾਂਗੇ ਇਹਨਾਂ ਨੂੰ ਲੋਕਾਂ ਨੂੰ ਮਾਰਨ ਦਿਓ, ਕਿਉਂਕਿ ਅਸੀਂ ਮੀਡੀਆ ਸਾਹਮਣੇ ਕਿਹਾ ਸੀ ਨਿਕਲ, ਉਹ ਲੀਡਰ ਨਹੀਂ ਕਹੂਗੇ ਨਿਕਲ। 13 ਉਮੀਦਵਾਰ ਨੇ 13